ਅੱਲਾ ਪਾਕ ਦਾ ਪਾਕ ਕਲਾਮ ਸੱਚਾ ਤੇ ਸੱਚਾ ਉੱਚਾ ਬਿਆਨ ਕੁਰਾਨ ਦਾ ਏ ਇਹਦੇ ਵਿੱਚ ਕੋਈ ਸ਼ੱਕ ਤੇ ਸ਼ੁਬਾ ਨਹੀਂ ਅਟਲ ਫਰਮਾਨ ਕੁਰਾਨ ਦਾ ਏ ਸਾਰਾ ਬਰਕਤਾਂ ਤੇ ਹਕਮਤਾਂ ਦੇ ਨਾਲ ਭਰਿਆ ਹਰ ਪਾਸੇ ਫੈਜ਼ਾਨ ਕੁਰਾਨ ਦਾ ਏ ਔਰ ਖਾਸ ਕਰਕੇ ਉਮਤ ਮੁਸਤਫਾ ਵਾਸਤੇ ਬੜਾ ਵੱਡਾ ਅਹਿਸਾਨ ਕੁਰਾਨ ਦਾ ਏ ਹਜ਼ਰਾਤ ਮੁਹਤਰਮ ਮੈਂ ਤਿਲਾਵਤ ਫੁਰਕਾਨ ਹਮੀਦ ਕੇ ਲੀਏ ਦਾਵਤ ਦੇ ਰਹਾ ਹੂੰ اسی ادارے کے ایک طالب علم حافظ ہارون صدیق سے ملتمس ہوں کہ آپ مائک پر تشریف لائیں اور تلاوت فرقان حمید کی سعادت حاصل کریں السلام علیکم ورحمۃ اللہ وبرکاتہ اعوذ باللہ من الشیطان الرجیم بسم صدق الله.